ਸਾਡਾ ਟੀਵੀ ਯੂਐਸਏ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਪੰਜਾਬ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਪ੍ਰਾਤ ਜਾਣਕਾਰੀ ਅਨੁਸਾਰ ਇਹ ਭਿਆਨਕ ਰੇਲ ਹਾਦਸਾ ਰੋਪੜ ਮੀਆਪੁਰ ਵਿੱਚ ਹੋਇਆ ਹੈ ਇਤਿਹਾਸਕ ਗੁਰਦਵਾਰਾ ਸ਼੍ਰੀ ਪੱਟਾ ਸਾਹਿਬ ਦੇ ਨਜ਼ਦੀਕ ਉਸ ਸਮੇਂ ਹਾਦਸਾ ਵਾਪਰਿਆ ਜਦੋਂ ਮਾਲ ਗੱਡੀ ਦੇ 16 ਡੱਬੇ ਲੀਹੋਂ ਉੱਤਰ ਗਏ ਦੱਸਿਆ ਜਾ ਰਿਹਾ ਹੈ ਆਸਾ ਉਸ ਸਮੇਂ ਵਾਪਰਿਆ ਜਿੱਥੇ ਇਸ ਮਾਲ ਗੱਡੀ ਤੋਂ ਪਹਿਲਾਂ ਹਿਮਾਚਲ ਤੋਂ ਦਿੱਲੀ ਜਾਣ ਵਾਲੀ ਹਿਮਾਚਲ ਐਕਸਪ੍ਰੈਸ ਵੀ ਗੁਜ਼ਰ ਕੇ ਗਈ ਸੀ ਇਹ ਮਾਲ ਗੱਡੀ ਉਸ ਸਮੇਂ ਹਾਦਸਾ ਗ੍ਰਸਤ ਹੋ ਗਈ ਜਦੋਂ ਇਸ ਦੇ ਸਾਹਮਣੇ ਆਏ ਇੱਕ ਅਵਾਰਾ ਸਾਨ ਕਾਰਨ ਇਸ ਦੇ ਡੱਬੇ ਪਟੜੀ ਤੋਂ ਉੱਤਰ ਗਏ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਵਾਲੀ ਬਿਜਲੀ ਦੀ ਰੇਲ ਗੱਡੀ ਨੂੰ ਸਪਲਾਈ ਦੇਣ ਵਾਲੇ ਬਿਜਲੀ ਦੇ ਖੰਭੇ ਉਥੇ ਹੀ 1690 ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤਾਹ ਤੇ ਪੱਤਿਆਂ ਵਾਂ ਖਿੱਲਰ ਗਏ ਹਨ ਜਿੱਥੇ ਇਸ ਮਾਰਗ ਗੱਡੀ ਦੇ ਹਾਦਸੇ ਕਰਸਥੋਂ ਨਾਲ ਰੇਲਵੇ ਆਵਾਜ ਦੇ ਪ੍ਰਭਾਵਿਤ ਹੋਈ ਹੈ ਉਥੇ ਦਰਜਨਾਂ ਦੇ ਕਰੀਬ ਰੇਲ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹੈ ਤਾਂ ਦੋਸਤੋ ਵੱਡੀ ਅਪਡੇਟ ਆ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ